ਇੱਕ ਗੁਆਂਢੀ ਨੇ ਦੂਸਰੇ ਗੁਆਂਢੀ ਦੀ ਮੁਰਗੀਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਦੱਸ ਦਈਏ ਕਿ ਉਸਦੇ ਪਸ਼ੂ ਵੀ ਕਈ ਬਿਮਾਰ ਹੋ ਗਏ ਨੇ। ਤਾਂ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਦੋ ਗੁਆਂਢੀਆਂ ਦੀ ਆਪਸ ਦੇ ਵਿੱਚ ਪੁਰਾਣੀ ਰੰਜਿਸ਼ ਚੱਲੀ ਆ ਰਹੀ ਹੈ। ਜ਼ਮੀਨੀ ਵਿਵਾਦ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਇਹ ਰੰਜਿਸ਼ ਚੱਲ ਰਹੀ ਹੈ, ਪਰ ਹੁਣ ਇੱਕ ਗੁਆਂਢੀ ਦੇ ਵੱਲੋਂ ਖੌਫਨਾਕ ਕਰਤੂਤ ਕੀਤੀ ਗਈ ਹੈ, ਜਿਸ ਨੇ ਕਿ ਪਹਿਲਾਂ ਤਾਂ ਉਸ ਗੁਆਂਢੀ ਦੀ ਮੁਰਗੀਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਦੇ ਦਿੱਤੀ ਅਤੇ ਇਸ ਦੇ ਨਾਲ ਹੀ ਜੋ ਉਸਦੀਆਂ ਮੱਝਾਂ ਗਾਵਾਂ ਸੀ ਉਹਨਾਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦੇ ਦਿੱਤੀ ਗਈ ਹੈ। ਤਾਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ, ਜਿੱਥੇ ਕਿ ਦੋ ਗੁਆਂਢੀਆਂ ਦੀ ਪੁਰਾਣੀ ਰੰਜਿਸ਼ ਦੇ ਵਿੱਚ ਬੇਜ਼ੁਬਾਨਾਂ ਦੇ ਉੱਤੇ ਇਹ ਗੁੱਸਾ ਕੱਢਿਆ ਜਾ ਰਿਹਾ, ਜਿਸ ਦੇ ਕਾਰਨ ਦੋ ਬੇਜ਼ੁਬਾਨਾਂ ਦੀ ਜਾਨ ਚਲੀ ਗਈ ਹੈ ਅਤੇ ਬਾਕੀ ਜੋ ਨੇ ਕਾਫ਼ੀ ਜ਼ਿਆਦਾ ਬਿਮਾਰ ਦੱਸੇ ਜਾ ਰਹੇ ਨੇ। ਹਾਲਾਂਕਿ ਜੋ ਪਸ਼ੂ ਨੇ ਉਹਨਾਂ ਦੀ ਖੁਰਲੀਆਂ ਦੇ ਵਿੱਚੋਂ ਚੂਹੇ ਮਾਰਨ ਵਾਲੀ ਦਵਾਈ ਵੀ ਮਿਲੀ ਹੈ। ਕਿਹਾ ਜਾ ਰਿਹਾ ਕਿ ਇੱਕ ਗੁਆਂਢੀ ਨੇ ਦੂਸਰੇ ਗੁਆਂਢੀ ਦਾ ਨੁਕਸਾਨ ਕਰਨ ਦੇ ਲਈ ਉਸਦੇ ਪਸ਼ੂਆਂ ਨੂੰ ਅਤੇ ਉਸਦੀਆਂ ਮੁਰਗੀਆਂ ਨੂੰ ਚੂਹੇ ਮਾਰਨ ਵਾਲੀ ਦਵਾਈ ਪਾ ਦਿੱਤੀ, ਜਿਸ ਦੇ ਕਾਰਨ ਕਈ ਮੁਰਗੀਆਂ ਤਾਂ ਮਰ ਚੁੱਕੀਆਂ ਨੇ, ਪਰ ਉੱਥੇ ਹੀ ਕਈ ਮੱਝਾਂ ਅਤੇ ਗਾਵਾਂ ਦੀ ਤਬੀਅਤ ਵੀ ਕਾਫ਼ੀ ਜ਼ਿਆਦਾ ਖਰਾਬ ਦੱਸੀ ਜਾ ਰਹੀ ਹੈ। ਤਾਂ ਮੌਕੇ ਦੇ ਉੱਤੇ ਹੁਣ ਪੁਲਿਸ ਵੀ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿੰਦਰ ਸਿੰਘ ਜੀ, ਕਿਹੜਾ ਪਿੰਡ ਜੀ? ਚੇਲੇ ਜੀ। ਕੀ ਮਸਲਾ ਜਿਹੜਾ ਤੁਸੀਂ ਕਹਿੰਦੇ? ਮਸਲਾ ਆ ਕਸ਼ਮੀਰ ਸਿੰਘ ਨਿਹੰਗ ਨੇ ਕੁੱਕੜਾਂ ਨੂੰ ਦਵਾਈ ਪਾ ਦਿੱਤੀ ਜੇ ਅਤੇ ਨਾਲ ਹੀ ਆ ਸਾਰੇ ਸਾਡੇ ਖੁਰਲੀ ਖੁਰਲੀ 'ਚ ਵੀ ਛੱਟੇ ਆਏ ਜੇ ਅਤੇ ਆਹ ਡੰਗਰਾਂ ਨੂੰ ਵੀ ਵੱਜੇ ਤੁਹਾਡੇ ਸਾਹਮਣੇ, ਇਹ ਵੀ ਪੱਠੇ ਘੱਟ ਖਾਣ ਡੇ ਜੇ ਅਤੇ ਹੋਰ ਦੋ ਜਾਨਵਰ ਮਰ ਗਏ ਅਤੇ ਬਾਕੀ ਆ ਮਰਨੇ ਪਏ। ਰੰਜੇ ਨੇ ਪਹਿਲਾਂ ਸਾਡੀ ਪਾਈ ਤੋਂ ਝਗੜਾ ਆ ਅਤੇ ਝਗੜੇ ਤੋਂ ਬਾਅਦ ਹੁਣ ਇੱਥੋਂ ਤੱਕ ਆ ਗਿਆ। ਪਹਿਲਾਂ ਮੇਰੇ ਘਰ ਵੀ ਇੱਕ ਦਿਨ ਮੁੰਡਾ ਆਣ ਕੇ ਗਲ ਪੈ ਗਿਆ ਘਰੇ ਆਣ ਕੇ, ਤੂੰ ਆਪ ਕੰਮ ਇਹਨੇ ਕਰਤਾ ਦਵਾਈ ਤੋਂ ਵੇਖੀ ਦਵਾਈ? ਹਾਂ ਕਣਕ 'ਚ ਪਈ ਆ ਦਵਾਈ, ਨਾਲੇ ਉਹ ਆਪ ਵੀ ਮੰਨਿਆ ਵੀ ਮੈਂ ਪਾਈ ਜੇ। ਕਿਹੜੀ ਗੱਲੋਂ ਪੁੱਛਿਆ? ਹਾਂ ਹਾਂ ਸਾਬਕਾ ਸਰਪੰਚ ਘੱਲਿਆ ਵੀ ਉਹਨੇ ਆਪਣੇ ਅਦਾਰੇ 'ਚ ਪਾਈ ਕੇ ਤੁਹਾਡੀ ਹਵੇਲੀ? ਨਹੀਂ ਨਹੀਂ ਸਾਡੀ ਹਵੇਲੀ 'ਚ ਪਾਈ ਆ ਤੁਹਾਡੀ ਹਵੇਲੀ 'ਚ ਪਾਈ? ਉਹ ਆਂਦਾ ਮੇਰੇ ਕੁੱਕੜ ਵੜਦੇ ਆ ਜਾਂ ਕੋਈ, ਉਹ ਦੱਸਦਾ ਉਹ ਤਾਂ ਸਿੱਧਾ ਹੀ ਆਂਦਾ ਮੈਂ ਪਾਈ ਜੀ ਮੇਰਾ ਨਿਆਂ ਵੀ ਕੋਈ ਨਹੀਂ ਨਾਲ, ਉਹਨੇ ਇਹ ਗੱਲ ਆਖੀ। ਤੇ ਹੁਣ ਕੀ ਮੰਗ ਕਰਦੇ ਤੁਸੀਂ? ਅਸੀਂ ਆਨੇ ਸਾਨੂੰ ਇਨਸਾਫ ਹੋਣਾ ਚਾਹੀਦਾ, ਪਸ਼ੂ ਆ ਮੇਰੇ ਜ਼ਿੰਮੇਵਾਰ ਆ, ਪਸ਼ੂ ਆ ਜੇ ਜ਼ਿੰਮੇਵਾਰ ਆ, ਉਹ ਚ ਬੱਚਾ ਮੇਰਾ ਜੇ ਚ ਬੱਚੇ ਹੀ ਭਲ ਕੇ ਪਾਣੀ ਪਾ ਸਕ ਕੁਛ ਪਾ ਸਕਦਾ ਦਵਾਈ 'ਚ? ਸਾਡੇ ਗਾਂ ਜੀ ਵੀ ਕੋਈ ਹੋ ਜੇ ਕੋਈ ਵਾਧਾ ਘਾਟਾ ਤਾਂ ਇਹ ਜ਼ਿੰਮੇਵਾਰ ਹੋਊਗਾ। ਆਹ ਨਿੱਕੀ ਜੀ ਕੁੜੀ ਆ ਕੱਲ੍ਹ ਕਦੇ ਆਪੇ ਦਾਣੇ ਦੂਣੇ ਮੂੰਹ 'ਚ ਪਾਉਂਦੀ ਫਿਰਦੀ, ਕਦੇ ਹੋਰ ਨਿਆਣਾ ਵੀ ਮੂੰਹ 'ਚ ਪਾ ਸਕਦਾ। ਝੇਲੋ ਪਊਗੀ ਠਾਣਾ? ਨਹੀਂ ਅਜੇ ਨਹੀਂ ਦਿੱਤੀ, ਹੁਣ ਚੱਲੇ ਹਾਂ। ਮੰਗ ਇਹੋ ਇਨਸਾਫ ਹੋਣਾ ਚਾਹੀਦਾ ਸਾਡਾ। ਕਹਿੰਦੇ ਵੀ ਉਹਦਾ ਕਿਸੇ ਨੇ ਦਵਾਈ ਪਾ ਕੇ ਅਤੇ ਮਾਰ ਦਿੱਤੇ ਜਾਨਵਰ? ਹਾਂਜੀ, ਕਸ਼ਮੀਰ ਸਿੰਘ ਹੈਗਾ ਜੀ, ਉਹਨਾਂ ਦਾ ਗੁਆਂਢੀ, ਉਹਨੇ ਪਾਏ ਆ ਅਤੇ ਦੋ ਮੁਰਗੀਆਂ ਮਰ ਗਈਆਂ। ਹਾਂਜੀ, ਤਸਦੀਕ ਕਰ ਰਹੇ ਹਾਂ, ਤਸਦੀਕ ਕਰਕੇ ਜੈਸੀ ਕਾਰਵਾਈ ਹੋਏਗੀ ਅਮਲ ਵਿੱਚ ਲਿਆ।